ਰਾਂਝਾ ਬਾਬਾਲ ਨਾਥ ਯਾਨੀ ਕਿ ਰਾਂਝੇ ਦੀ ਬਾਲ ਨਾਥ ਦੇ ਨਾਲ ਗੱਲ ਹਜ਼ਰਤ ਬਾਬਾ ਜੀ ਸੈਯਦ ਵਾਰਿਸ ਸ਼ਾਹ ਰਹਿਮਤੁਲਲਾਹ ਆਪ ਬਿਆਨ ਕਰਦੇ ਨੇ ਬਹੁਤ ਖੂਬਸੂਰਤ ਤੇ ਅੱਛਾ ਔਰ ਸੁੱਚਾ ਇਹ ਬੰਦੇ ਇਹਨੂੰ ਸੁਣ ਕੇ ਲਾਇਕ ਤੇ ਸ਼ੇਰ ਜਿਹੜਾ ਉਹ ਜ਼ਰੂਰ ਕਰ ਦਿਆ ਜੀ ਬਾਦਸ਼ਾਹ ਫਰਮਾਉਂਦੇ ਨੇ ਆ ਜੇਕਰ ਸ਼ੌਕ ਹੁੰਦਾ ਮੈਨੂੰ ਰੱਬ ਵਾਲਾ ਹੁੰਦਾ ਮਸਤ ਅਲਸਤ ਵਫਾਰ ਦਾ ਮੈਨੂੰ ਇਸ਼ਕ ਨੇ ਮਾਰ ਹੈਰਾਨ ਕੀਤਾ ਹੋ ਟੁੱਟਾ ਤਖਤ ਤੋਂ ਵੱਡੇ ਬਹਾਰ ਦਾ ਇਸ ਜਿਉ ਨੂੰ ਨੱਡੀ ਨੇ ਮੋ ਦਾ ਨਾਮ ਚਤਾਰ ਦਾ ਮੈਂ ਹੋਰ ਕੰਮ ਨਹੀਂ ਸੀ ਜੋਗੀ ਹੋਣੇ ਦਾ ਹੋ ਇੱਕ ਰੱਖਣਾ ਗਮ ਯਾਰ ਦਾ ਜਿਉ ਮਾਰ ਕੇ ਰਹਿਣ ਜੇ ਹੋਵੇ ਮੇਰਾ ਏਡੇ ਮਾਮਲੇ ਕਾਸ ਨੂੰ ਹਾਰਦਾ ਮੈਂ ਸਿਰ ਰੋੜ ਕਰਾ ਕਿਉਂ ਕੰਨ ਪਾਟਣ ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂ ਜੇ ਮੈਂ ਜਾਣਦਾ ਕੰਨ ਤੂੰ ਪਾੜ ਦੇਣੇ ਮੈਂ ਮਸਤ ਉਜਾੜ ਵਿੱਚ ਜਾ ਬੈਂਦਾ ਓ
मई सियाला दियां कास नू चारदा मैं जे मैं जानदा इश्क थी मना करना तेरे टिले दी तार ना तार दा मैं इके कन सवार दे फेर मेरे नहीं कतों दलौत सरकार दा मैं जे तू करनी सी मैं नल ठगी पहले रोज चादे पहले रोज चावे उतार दा मैं वारस शादे नाल कोई गल करदा ओ उनू चाके जिमी ते मारदा